ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਦੀ ਮੀਟਿੰਗ ਸੀ, ਜਿਹੜੀ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਲਈ ਹੈ। ਔਰ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਏਜੰਡੇ ਆ ਉਹ ਰੂਟੀਨ ਦੇ ਆ, ਜਿਹੜੇ ਸਾਡੇ ਪ੍ਰਬੰਧਕ ਨਾਲ ਪ੍ਰਬੰਧਨ ਨਾਲ ਸੰਬੰਧਿਤ ਹੁੰਦੇ ਆ। ਪ੍ਰਬੰਧਕ ਏਜੰਡਿਆਂ 'ਤੇ ਜ਼ਿਆਦਾ ਵਿਚਾਰ ਹੋਈ ਹੈ। ਉਹਦੇ ਨਾਲ ਦੀ ਨਾਲ ਜਿਹੜਾ ਵਿਸ਼ੇਸ਼ ਅੱਜ ਦੀ ਮੀਟਿੰਗ ਦਾ ਏਜੰਡਾ ਉਹ ਇਹ ਹੈਗਾ, ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਤਾਬਦੀਆਂ, ਜਿਹੜਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਿਆਈ ਸ਼ਤਾਬਦੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਅਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਨਾਲ ਦੀ ਨਾਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਹੈ, ਉਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਬੌਲੀ ਸਾਹਿਬ ਵਿਖੇ ਬਹੁਤ ਵੱਡੇ ਪੱਧਰ 'ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ। ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਜੀ ਨੇ ਇਹ ਸਾਰੇ ਮੈਂਬਰ ਸਾਹਿਬਾਨ ਨਾਲ ਵਿਚਾਰ ਕੀਤੀ ਹੈ, ਜਿਹਨੂੰ ਅਮਲੀ ਰੂਪ 'ਚ ਲਿਆਉਣ ਦਾ ਬੜਾ ਉਹਨਾਂ ਜ਼ੋਰ ਦੇ ਕੇ ਗਿਆ ਕਿ ਜਿਹੜਾ ਧਰਮ ਪ੍ਰਚਾਰ ਦੀ ਲਹਿਰ ਹੈ ਆਪਾਂ ਕੋਸ਼ਿਸ਼ ਕਰੀਏ ਕਿ ਸ਼ਤਾਬਦੀ ਤੋਂ ਪਹਿਲਾਂ ਸ਼ੁਰੂ ਹੋ ਜਾਵੇ, ਨਹੀਂ ਤਾਂ ਘੱਟੋ ਘੱਟ ਸ਼ਤਾਬਦੀ ਤੋਂ ਬਾਅਦ ਧਰਮ ਪ੍ਰਚਾਰ ਦੀ ਲਹਿਰ ਨੂੰ ਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਹਲਕਾ ਹੈ ਉਹ ਹਲਕੇ ਦੇ ਹਿਸਾਬ ਨਾਲ ਘੱਟੋ ਘੱਟ 1 ਮਹੀਨੇ 2 ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਉਲੀਕ ਕੇ ਉਹਦੇ ਸੰਬੰਧ ਜੋ ਵੀ ਲੋੜੀਂਦੇ ਕਾਰਜ ਨੇ ਉਹ ਆਰੰਭੇ ਜਾਣ, ਤਾਂ ਕਿ ਧਰਮ ਪ੍ਰਚਾਰ ਦੇ ਲਹਿਰ ਦੀ ਪ੍ਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਇਹਨੂੰ ਹਲਕਾ ਪੱਧਰ 'ਤੇ ਪਿੰਡ ਪੱਧਰ ਤੱਕ ਪਹੁੰਚਾਇਆ ਜਾਵੇ। ਇਹਦੇ ਸੰਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਰਡਰ ਦੇ ਸਟੇਟ ਹੈਗੇ ਨੇ ਜ਼ਿਲ੍ਹੇ, ਇਹਦੇ ਵਿੱਚ ਧਰਮ ਪ੍ਰਚਾਰ ਦੇ ਤਕਰੀਬਨ 250-250 ਜਿਹੜਾ ਸਾਡਾ ਪ੍ਰਚਾਰਕ ਹੈ, ਜਿਹੜੇ ਸਾਡੇ ਵਲੰਟੀਅਰ ਪ੍ਰਧਾਨ ਸਾਹਿਬ ਨੇ ਪ੍ਰਚਾਰ ਵਾਸਤੇ ਭਰਤੀ ਕੀਤੇ ਸੀ, ਜਿਹੜੇ ਸਮੇਂ 'ਚ ਉਹਨਾਂ ਨੂੰ ਇਹ ਸੇਵਾ ਦਿੱਤੀ ਸੀ, ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਦਫ਼ਤਰ ਵੱਲੋਂ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ। ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ, ਈਵਨ ਦੈਨ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ 'ਚ ਰੁੱਝਿਆ ਸੀ, ਪਰ ਜਿਹੜੀ ਸਾਡੀ ਪ੍ਰਚਾਰ ਦੀ ਮੁਹਿੰਮ ਹੈ ਉਹ ਬਾ ਦਸਤੂਰ ਚੱਲੀ ਹੈ। ਔਰ ਸਾਡੇ ਧਰਮ ਪ੍ਰਚਾਰ ਦੇ ਜਿਹੜੇ ਸਕੱਤਰ ਕਾਹਲਵਾਂ ਸਾਹਿਬ ਨੇ ਉਹਨਾਂ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5-6 ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਜਿਹੜੇ ਥਾਂ ਪਰ ਥਾਂ ਹੋਏ ਨੇ, ਭਾਵੇਂ ਕਿ ਰੁਝੇਵਾਂ ਕਰਕੇ ਇਲੈਕਸ਼ਨ ਦੇ ਰੁਝੇਵਾਂ ਕਰਕੇ ਬਹੁਤਾ ਸੰਗਤ ਸ਼ਮੂਲੀ ਤਾਂ ਨਹੀਂ, ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਵੀ ਗਿਣਤੀ ਅੰਮ੍ਰਿਤ ਸੰਚਾਰ ਦੀ ਉਸ ਸਮੇਂ ਦੌਰਾਨ 1.5 ਮਹੀਨੇ 1.5 ਮਹੀਨੇ ਦੇ ਵਿੱਚ ਹੋਈ ਹੈ। ਔਰ ਇਸੇ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਪ੍ਰਧਾਨ ਸਾਹਿਬ ਨੇ ਬਹੁਤ ਸਟ੍ਰੈਸ ਦੇ ਕੇ ਜ਼ੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ, ਔਰ ਇਹਦੇ ਸੰਬੰਧ ਵਿੱਚ ਸਾਰਾ ਪ੍ਰੋਗਰਾਮ ਆਉਣ ਵਾਲੇ ਸਮੇਂ ਫਾਈਨਲ ਕੀਤਾ ਜਾਵੇਗਾ ਕਿਸ ਤਰੀਕੇ ਨਾਲ ਕਿਹੜੇ ਇਲਾਕੇ 'ਚ ਸ਼ੁਰੂ ਕਰਨਾ, ਅਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬਦੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤੋਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੈ। ਉਹਦੇ ਸੰਬੰਧ ਸਮੁੱਚੇ ਜਥੇਬੰਦੀਆਂ ਜਿੰਨੀਆਂ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਨੇ, ਸੰਪਰਦਾਵਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਬਹੁਤ ਵੱਡਾ ਹੁੰਗਾਰਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ 450-450 ਸਾਲਾ ਗੁਰੂ ਸਾਹਿਬ ਦੀ ਜਿਹੜੀ ਹੈ ਆਪਣਾ ਜੋਤੀ ਦਾ ਸਮੂਹ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਉਸ ਇਲਾਕੇ 'ਚ ਵਿਸ਼ੇਸ਼ ਤੌਰ 'ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ, ਅਸੀਂ ਉੱਥੇ ਇੱਕ ਇਲਾਕੇ ਦੇ ਪਤਵੰਤ ਸੱਜਣਾਂ ਦੀ ਮੀਟਿੰਗ ਕੀਤੀ, ਜਿਹਨਾਂ ਕੋਲ ਰਾਇਆਂ ਲਈਆਂ ਵਿਚਾਰਾਂ ਲਈਆਂ ਸੀ, ਔਰ ਉਹਦੇ ਵਿੱਚ ਵੀ ਬੜੇ ਵੱਡੇ ਪੱਧਰ 'ਤੇ ਜਿਹੜੀ ਸ਼ਮੂਲੀਅਤ ਕੀਤੀ ਸਾਰੇ ਇਲਾਕੇ ਦੇ, ਔਰ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਾਂ ਪਤਵੰਤ ਸੱਜਣ ਉਹਨਾਂ ਨੂੰ ਉਚੇਚੇ ਤੌਰ 'ਤੇ ਇਸ ਵਾਸਤੇ ਅੱਜ ਦੀ ਜਿਹੜੀ ਮੇਨ ਹੈ ਐਗਜੈਕਟਿਵ ਦੀ ਮੀਟਿੰਗ ਦਾ ਮੁੱਖ ਏਜੰਡਾ ਤਾਂ ਚਲੋ ਲੋਕਲ ਹੈ, ਰੂਟੀਨ ਵਾਈਜ਼ ਹੈ, ਜਿਹੜੇ ਪ੍ਰਬੰਧਕੀ ਸਾਡੇ ਏਜੰਡੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ, ਅਤੇ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਅੱਜ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ। ਮੈਂ ਤਾਂ ਸਰ ਤੁਸੀਂ ਚੋਣਾਂ ਦਾ ਜ਼ਿਕਰ ਕੀਤਾ, ਚੋਣਾਂ ਦੇ ਵਿੱਚ 2 ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਪੰਥ ਦੇ ਨਾਂ 'ਤੇ ਜਿੱਤੇ, ਪਰ ਉਹਨਾਂ ਦੇ ਨਾਲ ਦੀ ਨਾਲ ਚੇਤਾਵਨੀ ਦੇ ਦਿੱਤੀ ਕਿ ਹੁਣ ਅਗਲਾ ਨਿਸ਼ਾਨਾ ਸਾਡਾ ਇਸ ਦੀ ਪਿਛਲੀ ਹੈ।
ਚਲੋ ਇਹ ਚੇਤਾਵਨੀ ਦਿੱਤੀ ਕੀ ਪ੍ਰੋਗਰਾਮ ਉਹਨਾਂ ਦੀ ਉਹ ਜਾਣਦੇ ਉਹਨਾਂ ਨੂੰ ਉਹ ਕਮਿਟ ਕਰ ਸਕਦੇ ਆ। ਸਾਨੂੰ ਕੋਈ ਇਤਰਾਜ਼ ਬਹੁਤ ਵਧੀਆ ਜਿੱਤ ਹੈ, ਜਿਹੜੀ ਜਿੱਤ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਹੈ, ਸਰਦਾਰ ਬੇਅੰਤ ਸਿੰਘ ਦੀ ਵਿਰਾਸਤ ਦੇ ਵਿੱਚੋਂ ਇਹ ਵੀ ਸਾਡੀ ਚਰਚਾ ਵਾਲੀ ਗੱਲ ਹੈ ਕਿ ਐਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਉਹਨਾਂ ਦੀ ਵੱਡੀ ਕੁਰਬਾਨੀ ਨੂੰ ਮੁੱਖ ਰੱਖਦੇ ਹਾਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ 3 ਮੈਂਬਰ ਪਾਰਲੀਮੈਂਟ ਕੌਮ ਨੇ ਬਣਾਏ ਆ, ਜਿਤਾ ਕੇ ਭੇਜੇ ਆ। ਪਹਿਲਾਂ ਇਹ ਸਰਬਜੀਤ ਦੇ ਫਾਦਰ ਸਾਹਿਬ ਬੇਅੰਤ ਸਿੰਘ ਉਹਨਾਂ ਦਾ, ਜਿਹੜੇ ਸਤਿਕਾਰਯੋਗ ਪਿਤਾ ਸਰਦਾਰ ਸੁੱਚਾ ਸਿੰਘ ਮਲੋਹਾ, ਉਹ ਜਦੋਂ ਮਾਨ ਸਾਹਿਬ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਏ ਸੀ। ਸੰਗਤਾਂ ਨੇ ਬੜੇ ਭਾਵਨਾ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ। ਉਸ ਤੋਂ ਬਾਅਦ ਬੀਬੀ ਬਿਮਲ ਕੌਰ ਖਾਲਸਾ ਸਰਬਜੀਤ ਦੇ ਮਾਤਾ, ਔਰ ਅੱਜ ਇਸ ਇਲੈਕਸ਼ਨ ਦੇ ਸਰਬਜੀਤ ਨੂੰ ਉਹ ਮਾਣ ਸਨਮਾਨ ਇਲਾਕੇ ਦੀ ਸੰਗਤ ਨੇ ਕੌਮ ਨੇ ਦਿੱਤਾ। ਦੇ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ ਸਕੇ, ਕਿਉਂਕਿ ਬੰਦੀ ਸਿੰਘਾਂ ਦਾ ਵੀ ਇੱਕ ਬਹੁਤ ਵੱਡਾ ਮੁੱਦਾ, ਬਹੁਤ ਪੁਰਾਣਾ ਮੁੱਦਾ। ਦੇਖੋ ਬੰਦੀ ਸਿੰਘਾਂ ਦਾ ਮੁੱਦਾ ਤਾਂ ਕੌਮਨ ਏਜੰਡਾ ਬਣ ਗਿਆ ਸਮੁੱਚੀ ਕੌਮ ਦਾ ਹੀ, ਚਾਹੇ ਸਰਬਜੀਤ ਨਾਲ ਸੰਬੰਧ ਕਰੇ ਜਾਂ ਹੋਰ ਵੀ ਹੈ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਮੇ ਸਮੇਂ ਤੋਂ ਏਜੰਡਾ ਜਿਹੜਾ ਥਾਂ ਪਰ ਥਾਂ ਜਦੋਂ ਵੀ ਜਿੱਥੇ ਵੀ ਲੋੜ ਪਈ ਹੈ ਬੜੀ ਸਟਰੋਂਗਲੀ ਇਹਨੂੰ ਰਾਈਜ ਕੀਤਾ। ਚੰਗੀ ਗੱਲ ਹੈ, ਰੱਖਣਾ ਚਾਹੀਦਾ ਵੀ ਹੈ, ਲੱਗਦਾ ਕੀ ਹੈ ਰੱਖਣਾ ਚਾਹੀਦਾ। ਜੇ ਕੌਮ ਨੇ ਉਹਨਾਂ ਨੂੰ ਕੋਈ ਆਪਣਾ ਚੁਣ ਕੇ ਅੱਗੇ ਭੇਜਿਆ, ਪਾਰਲੀਮੈਂਟ ਦੇ ਮੈਂਬਰ ਬਣਾ ਕੇ ਭੇਜਿਆ, ਅਤੇ ਕੁਛ ਨਾ ਕੁਛ ਤਾਂ ਉਹਦਾ ਰਿਪ੍ਰਜੈਂਟ ਕਰਨਾ ਪਊਗਾ ਨਾ ਕੌਮ ਨੂੰ ਉੱਥੇ, ਅਤੇ ਉਹ ਕਰਨ। ਚੰਗੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਪ੍ਰਤਪਾਲ ਸਿੰਘ ਖਾਲਸਾ ਦੀ ਰਿਹਾਈ ਵਾਸਤੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ, ਉਹਦੇ 'ਚ ਕੀ ਅਪਡੇਟ ਆ ਜੀ? ਵੇਖੋ, ਰਿਹਾਈ ਦਾ ਸੰਬੰਧ ਹੈਗਾ ਅਦਾਲਤਾਂ ਨਾਲ, ਇਹ ਜਿਹੜਾ ਸਿਸਟਮ ਹੈ ਇਹ ਜੈਕਟਾਂ ਨਾਲ ਸੰਬੰਧਿਤ ਹੈ। ਪਾਰਲੀਮੈਂਟ ਦੀ ਇਲੈਕਸ਼ਨ ਮੈਂਬਰ ਬਣਨਾ ਨਾ ਬਣਨਾ ਇੱਕ ਵੱਖਰਾ ਦਸਤੂਰ ਆ, ਵੱਖਰਾ ਸਿਸਟਮ ਹੈ, ਪਰ ਜਿਹੜਾ ਉਹਨਾਂ ਦੇ ਰਿਹਾਈ ਦਾ ਐਨ ਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ। ਹਾਂ, ਸਰਕਾਰ ਆਪਣੇ ਤੌਰ 'ਤੇ ਫੈਸਲਾ ਵੀ ਲੈ ਸਕਦੀ ਹੈ, ਸਰਕਾਰਾਂ ਵਾਸਤੇ ਕੋਈ ਵੱਡੇ ਫੈਸਲੇ ਨਹੀਂ, ਸਰਕਾਰ ਫੈਸਲਾ ਵੀ ਲੈ ਸਕਦੀ ਹੈ, ਜਦੋਂ ਚਾਹੇ ਛੱਡ ਸਕਦੀ, ਜਿਹਨੂੰ ਮਰਜ਼ੀ ਚੋ ਛੱਡ ਸਕਦੀ ਹੈ, ਇਹ ਕੋਈ ਗੱਲ ਨਹੀਂ ਹੈਗੀ। ਪਰ ਜੇ ਸਰਕਾਰ ਸੰਜੀਦਗੀ ਨੇ ਕਿਸੇ ਵੀ ਇਸ਼ੂ 'ਤੇ ਜੇ ਬੰਦੀ ਸਿੰਘਾਂ 'ਤੇ ਅੱਜ ਤੱਕ ਉਹਨੇ ਰਿਸਪੋਂਸ ਹੀ ਨਹੀਂ ਕੀਤਾ, ਨੈਗੇਟਿਵਿਟੀ ਸ਼ੋਅ ਕੀਤੀ ਹੈ ਇਲੈਕਸ਼ਨ ਦੇ ਵਿੱਚ ਆ ਕੇ, ਅਹਿਮਦ ਸ਼ਾਹ ਹੁਣੇ ਲੁਧਿਆਣੇ ਦੀ ਸਟੇਜ ਬਿੱਟੂ ਦੇ ਸੰਬੰਧ ਜੋ ਐਲਾਨੀਆਂ ਕਹਿ ਗਏ ਅਸੀਂ ਕਿਸੇ ਨੂੰ ਛੱਡਾਂਗੇ, ਸਾਡਾ ਇੰਨਾ ਪਰੇ 'ਤੇ ਕੋਈ ਪੋਜ਼ੀਟਿਵ ਰਿਸਪੋਂਸ ਨਹੀਂ ਹੈਗਾ, ਅਸੀਂ ਬੇਅੰਤ ਸਿੰਘ ਕਾਤਲ ਨੂੰ ਨਹੀਂ ਛੱਡਿਆ ਜਾ ਸਕਦਾ। ਉਹ ਜੇ ਸਰਕਾਰਾਂ ਤੋਂ ਕਿੰਨੀ ਕੁ ਤੁਸੀਂ ਆਸ ਉਮੀਦ ਰੱਖਦੇ ਜੇ, ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਹ ਅਧਿਕਾਰ ਹੁੰਦੇ ਆ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਛੱਡ ਸਕਦੇ ਆ। ਪਰ ਕਿਉਂਕਿ ਅਦਾਲਤੀ ਇਹ ਅਦਾਲਤ ਜਾਣਦੀ ਹੈ ਕੀ ਹੋਣਾ ਕੀ ਨਹੀਂ ਹੋਣਾ, ਸਾਡੀ ਦਿਲੀ ਕਾਮਨਾ ਰਿਹਾ ਹੋਵੇ, ਸਾਨੂੰ ਕੀ ਇਤਰਾਜ਼ ਆ? ਉਹੀ ਮੈਂ ਕਹਿ ਰਿਹਾ, ਸਰਕਾਰ ਹੀ ਹੋਵੇ ਨਾ, ਸੈਂਟਰ ਦੀ ਹੋਵੇ ਸਟੇਟ ਦੀ ਹੋਵੇ, ਇੱਕੋ ਹੀ ਦਸਤੂਰ ਉਹਨਾਂ ਦਾ, ਇੱਕੋ ਹੀ ਸਿਸਟਮ, ਉਹਨਾਂ ਵਸੀਹ ਅਧਿਕਾਰ ਨੇ ਜਦੋਂ ਮਰਜ਼ੀ ਜੋ ਮਰਜ਼ੀ ਕਰ ਸਕਦੇ। ਭਗਵੰਤ ਸਿੰਘ ਸਿਆਲਕਾ ਲੜ ਰਹੇ, ਉਹਨਾਂ ਨੇ ਕੀ ਅਪਡੇਟ ਕੀਤਾ ਅੱਜ ਤੱਕ, ਕਿੰਨੀ ਕੁ ਤੱਕ ਅੱਗੇ ਗੱਲਬਾਤ ਪਹੁੰਚੀ? ਉਹਦੀ ਅਦਾਲਤ ਹੈ ਜੀ, ਇਹਦੇ ਬਾਰੇ ਸਿਆਲਕਾ ਸਾਹਿਬ ਦੱਸ ਸਕਦੇ ਹੋ, ਡਾਇਰੈਕਟ ਇੰਟਾ 'ਚ ਨੇ, ਉਹਦੇ ਬਾਰੇ ਮੈਨੂੰ ਨਹੀਂ ਪਤਾ। ਪਰ ਜੇ ਕਿਉਂਕਿ ਐਨ ਐਸ ਏ ਰਿਪੀਟ ਕੀਤੀ ਗਈ ਹੈ, ਪਹਿਲੀ ਸ਼ਹਿਰ ਰਿਵੋਕ ਹੋ ਗਈ, ਉਹ ਤਾਂ ਰਿਪੀਟ ਹੋਈ ਹੈ, ਹੁਣ ਉਹਦਾ ਕੀ ਸਟੇਟਸ ਹੈ ਅਤੇ ਸਿਆਲਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ। ਪਰ ਉਹ ਜਿਹੜੇ ਦੋ ਆਜ਼ਾਦ ਉਮੀਦਵਾਰ ਨੇ ਉਹ ਕਹਿ ਰਹੇ ਕਿ ਅਸੀਂ ਥੱਲੇ ਚੋਣਾਂ ਜਿਹੜੀਆਂ ਵਿਧਾਨ ਸਭਾ ਦੀ ਵੀ ਲੜਾਂਗੇ, ਉਹਦੇ ਵਿੱਚ ਸਾਨੂੰ ਕੀ ਇਤਰਾਜ਼ ਆ? ਸਾਨੂੰ ਕੀ ਇਤਰਾਜ਼, ਜੋ ਉਹਨਾਂ ਦਾ ਮਰਜ਼ੀ ਫੈਸਲਾ ਲੈਣ, ਸਾਨੂੰ ਕੀ ਇਤਰਾਜ਼? ਕੰਗਣਾ ਰਣੌਤ ਵਾਲਾ ਜਿਹੜਾ ਮਾਮਲਾ, ਉਹਨੂੰ ਕਿੱਦਾਂ ਦੇਖਦੀ ਜਿਹੜੀ ਕੁਲਵਿੰਦਰ ਕੌਰ ਹੈ ਕੁੜੀ? ਦੇਖੋ, ਕੁਲਵਿੰਦਰ ਕੌਰ ਨੇ, ਕਿਉਂਕਿ ਕੋਈ ਉਹਦੀ ਜਾਤੀ ਦੁਸ਼ਮਣੀ ਨਹੀਂ, ਉਹ ਐਜ਼ ਏ ਆਫੀਸਰ ਏਅਰਪੋਰਟ ਤੇ ਡਿਊਟੀ ਕਰ ਰਹੀ ਹੈ। ਕਿਉਂਕਿ ਕੰਗਣਾ ਰਣੌਤ ਉਹ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਰਡਰ 'ਤੇ ਬੜੀ ਵੱਡੀ ਐਜੀਟੇਸ਼ਨ ਚੱਲੀ ਹੈ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ 100-100 ਰੁਪਏ 'ਤੇ ਮਿਲ ਜਾਂਦੀਆਂ ਨੇ। ਉਹਨੂੰ ਤਕਲੀਫ ਇਹ ਹੋਈ ਕਿ ਟਾਈਮਜ਼ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸਾਈਜ਼ ਕੀਤਾ ਕਿ ਇਸ ਵੱਡੇ ਜਿਹੀ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਿਲ ਹੈ ਬੈਠੀ ਹੈ, ਅਤੇ ਉਹਨੂੰ ਬੜਾ ਵੱਡਾ ਪਬਲਿਸਾਈਜ਼ ਕੀਤਾ, ਉਸ ਗੱਲ ਦੀ ਉਹਨੂੰ ਤਕਲੀਫ ਹੋਈ, ਉਹਦੇ 'ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕੰਪਲੇਂਟ ਕੀਤਾ ਸੀ ਕਿ ਇਹੋ ਜਿਹੀ 100-100 'ਤੇ ਮਿਲ ਜਾਂਦੀਆਂ ਨੇ, ਔਰ ਉਹ ਅੱਜ ਵੀ ਲੋਕਾਂ ਨੂੰ ਚੁੱਭਦਾ ਇਹਦਾ ਕਮੈਂਟ। ਔਰ ਕੰਗਣਾ ਰਣੌਤ ਉਹ ਆ
ਜਿਹਦੇ ਆ ਆਪਣੀ ਜ਼ਬਾਨ 'ਤੇ ਕੋਈ ਲਗਾਮ ਨਹੀਂ ਹੈਗੀ। ਉਹਦਾ ਬਾਕੀ ਕਰੈਕਟਰ 'ਤੇ ਕੀ ਹੈ ਉਹਦਾ, ਹੁਣ ਛੱਡੋ, ਆਪਾਂ ਉਹ ਡੰਗਾਈ 'ਚ ਨਹੀਂ ਜਾਂਦੇ, ਪਰ ਉਹਦੀ ਜ਼ਬਾਨ ਹੀ ਉਹਦੀ ਆਪਣੀ ਨਹੀਂ ਹੈਗੀ। ਇਹ ਤਾਂ ਸਿਰਫ ਫਰਕ ਇਹ ਪਿਆ ਕਿ ਹੈਰਾਨੀ ਦੀ ਗੱਲ ਹੈ, ਇਹੋ ਜਿਹੇ ਕਰੈਕਟਰ ਵਾਲੀ, ਇਹੋ ਜਿਹੇ ਬੇਲਗਾਮ ਜ਼ਬਾਨ ਵਾਲੀ, ਜਿਹਦਾ ਆਪਣੇ ਉਹਦਾ ਕੰਟਰੋਲ ਹੀ ਨਹੀਂ, ਉਹਨੂੰ ਟਿਕਟ ਦੇ ਕੇ BJP ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ। ਕਾਰਨ ਕੀ ਸੀ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿੱਥੇ ਪੰਜਾਬ ਨੂੰ ਮੰਦਾ ਚੰਗਾ ਕਿਹਾ, ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਚੰਗਾ, ਮੋਦੀ ਸਾਹਿਬ ਦੀ ਬੜੀ ਖੁੱਲ੍ਹ ਕੇ ਤਾਰੀਫ ਮੀਡੀਆ 'ਚ ਕਰ ਦਿੱਤੀ, ਉਹਨਾਂ ਨੂੰ ਬੜਾ ਚੰਗਾ ਲੱਗਾ, ਉਹਨੇ ਟਿਕਟ ਦੇ ਨਵਾਜ ਦਿੱਤਾ, ਔਰ ਉਹਦਾ ਰਿਐਕਸ਼ਨ ਏਅਰਪੋਰਟ 'ਤੇ ਜਾਂਦਿਆਂ ਦਿੱਲੀ ਨੂੰ ਜਾਂਦਿਆਂ ਉਹਨੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ। ਔਰ ਉੱਥੇ ਇੱਕ ਫੌਜੀ ਹੈ ਜਿਹੜਾ ਹੁਣ ਡਿਊਟੀ ਕੁਲਵਿੰਦਰ ਕੌਰ ਨਾਲ ਡਿਊਟੀ ਕਰ ਰਿਹਾ, ਮੀਡੀਆ 'ਚ ਆ ਚੁੱਕੀ ਗੱਲ ਸਾਰੀ, ਤੁਸੀਂ ਵੇਖੀ ਪੜ੍ਹੀ ਸੁਣੀ ਹੋਣੀ ਹੈ। ਉਹਨੇ ਕਲੀਅਰਲੀ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਨੈਗੇਟਿਵ ਆਪਣਾ ਐਕਸ਼ਨ ਆ, ਪ੍ਰਤੀਕਰਮ ਆ, ਉਹ ਇਹਨੇ ਦਿੱਤਾ, ਇਹਨੇ ਕਮੈਂਟ ਕੀਤੇ, ਉਹਦਾ ਨਾਂ ਪੜ੍ਹ ਕੇ ਉਹਦੀ ਨੇਮ ਪਲੇਟ ਲਿਖੀ ਕੁਲਵਿੰਦਰ ਕੌਰ, ਉਹਨੇ ਵੇਖ ਲਿਆ ਨਾਂ ਕੁਲਵਿੰਦਰ ਕੌਰ ਹੈ, ਪੰਜਾਬ ਨਾਲ ਸੰਬੰਧਿਤ ਹੈ, ਪੰਜਾਬ ਦੇ ਮੰਦਾ ਚੰਗਾ ਬੋਲਿਆ, ਫਿਰ ਉਹਦੇ 'ਤੇ ਮੰਦਾ ਚੰਗਾ ਹਾਰਸ਼ ਕਮੈਂਟ ਕੀਤਾ। ਅਤੇ ਕੁਦਰਤੀ ਹੈ ਜਜ਼ਬਾਤ ਦਾ, ਕੀ ਪਤਾ ਕਿਹੜੇ ਵਲਾ ਖਾਂਦੇ ਆ, ਹੁਣ ਕੁਲਵਿੰਦਰ ਕੌਰ ਦੇ ਨਾਲ ਖੜੀ ਬਿਲਕੁਲ ਖੜੇ ਆ, ਹਰ ਸਿੱਖ ਖੜਾ, SGP ਨੇ ਹਰ ਸਿੱਖ ਉਹਦੇ ਨਾਲ ਖੜਾ, ਉਹਨੇ ਗਲਤ ਨਹੀਂ ਕੀਤਾ, ਐਕਸ਼ਨ ਦਾ ਰਿਐਕਸ਼ਨ ਹੁੰਦਾ। ਜਿਹੜੇ ਨੇ ਨੈਸ਼ਨਲ ਪਿਤਾ ਰਾਸ਼ਟਰ ਮਹਾਤਮਾ ਗਾਂਧੀ ਨੇ, ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ 'ਚ ਕਿਹਾ ਕਿ ਐਕਸ਼ਨ ਦਾ ਜਿਹੜਾ ਪ੍ਰਤੀਕਰਮ ਦਾ ਪ੍ਰਤੀਕਰਮ ਜਿਹੜਾ, ਉਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਕੀਤਾ ਜਾ ਸਕਦਾ, ਹਮੇਸ਼ਾ ਤਿੱਖਾ ਹੀ ਆਉਂਦਾ ਹੁੰਦਾ। ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਦੇ ਨਾਲ ਜੋੜ ਦੇਣਾ, ਇਹਨੂੰ ਕਿਵੇਂ ਵੇਖਦੀ? ਉਹ ਤਾਂ ਉਹਦੀ ਆਦਤ ਆ, ਉਹ ਤਾਂ ਚਾਹੁੰਦੀ ਇਹੋ ਜਿਹੇ ਬਹਾਨੇ ਬਣਦੇ, ਮੈਂ ਪੰਜਾਬੀ ਭਾਈਚਾਰੇ ਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ, ਸਟੇਟ ਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ, ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ, ਇਹ ਕੁਝ ਕੀਤਾ, ਇਸ ਕਰਕੇ ਉਹਦੇ 'ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ, ਅਗਲੇ ਦਿਨ ਦੇਤੀ ਸੀ, ਉਸ ਦਿਨ ਹੀ ਆ ਗਈ ਮੀਡੀਆ 'ਚ, ਵੀ ਇਹਦੀ ਬੜੀ ਡੂੰਘਾਈ ਦਾ ਗਹਿਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸੰਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ, ਜੋ ਉਸ ਵੇਲੇ ਕੰਗਣਾ ਰਣੌਤ ਦਾ ਰਵੱਈਆ ਹੈ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਗਹਿਰਾਈ ਤੱਕ ਜਾ ਕੇ। ਔਰ ਹੈਰਾਨੀ ਦੀ ਗੱਲ ਹੈ ਵੀ ਇਮੀਜੇਟ 'ਤੇ ਪਰਚਾ ਦਰਜ ਕਰਕੇ ਉਹਨੂੰ ਸਸਪੈਂਡ ਕਰਤਾ, ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਤਾ, ਪ੍ਰਬੰਧਕੀ ਆਧਾਰ ਹੈ, ਤੁਸੀਂ ਜੇ ਐਕਸ਼ਨ ਲੈ ਰਹੇ ਹੋ ਅਤੇ ਜਿਹੜਾ ਉਸ ਵੇਲੇ ਓਨ ਡਿਊਟੀ ਆ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ, ਉਹਦੀ ਸਿਕਿਉਰਿਟੀ ਦੇ, ਉਹਦੇ ਮਾਣ ਸਤਿਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫਿਸਰ ਦੇ, ਵੀ ਜੇ ਸਪੋਜ ਉਹਨੇ ਕੋਈ ਰਿਐਕਟ ਕੀਤਾ ਤਾਂ ਕਿਉਂ ਕੀਤਾ, ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ। ਉਹ ਜਾਤੀ ਦੁਸ਼ਮਣੀ ਤਾਂ ਹੈ ਨਹੀਂ, ਵੀ ਉਹਨੇ ਵਿੰਧਿਆ ਸਾਰ ਉਹਦੀ ਚਪੇੜ ਮਾਰਤੀ, ਉਹਨੇ ਬੋਲਿਆ, ਫੌਜੀ ਸਾਹਿਬ ਕਹਿੰਦੇ ਆ ਕਿ ਉਹਨੇ ਬੋਲਿਆ ਉਹਦੇ ਬੋਲਣ ਤੋਂ ਨਹੀਂ ਜਰ ਸਕੇ ਤਾਂ ਉਹਨੇ ਕੀਤਾ। ਅਤੇ ਇਹਨੂੰ ਤਕਲੀਫ ਕਿਉਂ ਇੱਦਾਂ ਦੀ, ਇਹਨੂੰ ਪੂਰੇ ਹੋਰ ਵੀ ਬੜੇ ਐਕਟਰ ਨੇ, ਇਹਨੂੰ ਕਿਉਂ ਇੰਨੀ ਤਕਲੀਫ ਹੈ? ਭਵਿੱਖ ਦੀਆਂ ਗੱਲਾਂ ਨੇ, ਉਹਨੂੰ ਆਪਾਂ ਹੁਣ ਅਸੈਸ ਨਹੀਂ ਕਰ ਸਕਦੇ, ਪਰ ਇਹਦਾ ਜਿਹੜਾ ਰਵੱਈਆ ਆ ਉਹ ਸਿੱਖ ਭਾਈਚਾਰੇ ਤੌਰ 'ਤੇ, ਵਿਸ਼ੇਸ਼ ਕਰਕੇ ਪੰਜਾਬ ਤੋਂ ਗਿਆ ਸਿੱਖ ਭਾਈਚਾਰਾ, ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਂ ਵਾਲਾ, ਕੌਰ ਨਾਂ ਵਾਲਾ, ਉਹਦੇ 'ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਵੀ ਜਰ ਸਕਦੀ, ਉਹ 'ਤੇ ਬੜਾ ਹਾਰਸ ਕਮੈਂਟ ਕਰਦੀ ਹੈ। ਜੇ ਸਰਕਾਰ ਨੇ ਬਣਾਇਆ ਤਾਂ ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਨੂੰ ਚਾਹੀਦਾ ਇਹਨੂੰ ਸਾਧ ਕੇ ਮਾੜੀ ਮੋਟੀ ਕੋਈ ਪਾਠ ਵੀ ਪੜਾਉਣ ਅਕਲ ਦਾ, ਵੀ ਤੂੰ ਅਕਲ ਤੋਂ ਕੰਮ ਲਿਆ, ਐਡੀ ਵੱਡੀ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਸੀਟ 'ਤੇ ਆ ਗਈ ਹੈ, ਤੂੰ ਅਕਲ ਤੋਂ ਕੰਮ ਲਿਆ, ਪਿੱਛੇ ਜੋ ਹੋ ਗਿਆ ਹੋ ਗਿਆ, ਗਾਂਹ ਤੋਂ ਅਕਲ ਕਰੇ। ਪਰ ਜੋ ਉਹਨੇ ਰਾਈਟ ਕੀਤਾ ਤਾਂ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀਮੈਂਟ ਵਿੱਚ ਵੀ, ਔਰ ਮੋਦੀ ਸਾਹਿਬ ਹੁਣ ਤਾਂ ਖੁਸ਼ ਹੋ ਗਏ ਉਹਨੇ ਤਾਰੀਫ ਕੀਤੀ ਪਿਛਲੇ ਸਮੇਂ 'ਚ, ਆਉਣ ਵਾਲੇ ਸਮੇਂ ਮੋਦੀ ਸਾਹਿਬ ਵਰਗੇ ਨੂੰ ਸਪੇਅਰ ਨਹੀਂ ਕਰਨਾ ਨੇ, ਜਿਸ ਲੈਵਲ ਦੀ ਲੇਡੀ ਹੈ, ਜੋ ਉਹਦੀ ਜ਼ਬਾਨ ਦਾ ਆਪਣੇ ਤੋਂ ਕੰਟਰੋਲ ਨਹੀਂ ਹੈਗਾ, ਇਹਨਾਂ ਨੂੰ ਵੀ ਉਹਨੇ ਮਾਫ਼ ਨਹੀਂ ਕਰਨਾ, ਜ਼ਰੂਰ ਖਤਰਨਾਕ, ਉਦੋਂ ਫਿਰ ਇਹਨਾਂ ਨੂੰ ਹੋਸ਼ ਆਊਗੀ ਕਰ ਬੈਠੇ ਹਾਂ। ਚਲੋ ਇਹ ਨਹੀਂ ਉਹ ਪਾਰਟੀ ਦੇ ਫੈਸਲੇ ਨੇ, ਅਸੀਂ ਕਿਉਂ ਕਰਨਾ, ਪਰ ਇਹੋ ਜਿਹਾ ਜਿਹੜਾ ਕਰੈਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ। ਬਹੁਤ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ, ਕੋਈ ਖਿਆਲ ਕਾਨਪੁਰ ਲਾ ਕੇ ਕਿੱਥੇ ਐਕਸੀਡੈਂਟ ਹੋਇਆ, ਬਹੁਤ ਗੁਰੂ ਸਾਹਿਬ ਦਾ ਕੋਈ ਭਾਣਾ ਹੀ ਹੈ ਕਿ
ਕੀ ਕਾਰਨ ਬਣਿਆ, ਕਿਉਂ ਹੋਇਆ, ਦੁਰਘਟਨਾ ਹੋਈ, ਐਕਸੀਡੈਂਟ ਹੋਇਆ, ਉਹਦੇ 3 ਡੈਥ ਜਿਹੜੀਆਂ ਨੇ ਮੌਕੇ 'ਤੇ ਹੋ ਗਈਆਂ, 3-6 ਸਰੀਰ ਉਹ ਕਾਰ ਵਿੱਚ ਸਨ, ਅਤੇ ਸਾਡੀ ਦਿਲੀ ਹਮਦਰਦੀ ਹੈ ਆਪਣਾ ਉਹਨਾਂ ਦੇ ਕੁੜ ਭਾਈਚਾਰੇ ਦੇ ਪਰਿਵਾਰ ਨਾਲ ਵੀ। ਵਿਸ਼ੇਸ਼ ਤੌਰ 'ਤੇ ਸਾਡੇ ਬਹੁਤ ਸਤਿਕਾਰਯੋਗ ਐਡੀਸ਼ਨਲ ਹੈੱਡ ਗ੍ਰੰਥੀ ਜਿਹੜੇ ਅਕਾਲ ਤਖ਼ਤ ਸਾਹਿਬ ਸਰਦਾਰ ਮਲਕੀਤ ਸਿੰਘ, ਜਿਨ੍ਹਾਂ ਦਾ ਹੋਣਹਾਰ ਸਪੁੱਤਰ ਸੀ, ਔਰ ਉਹਨਾਂ ਨੇ ਮੇਰੇ ਕੋਲ ਪਤਾ ਲੱਗ ਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਅਮਰੀਕਾ ਛੱਡਿਆ, ਇੱਥੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ, ਅਤੇ ਕੁੰਨ ਸ਼ਹਿਰ ਨੂੰ ਇਹ ਸਮਝ ਕੇ ਲਾਇਆ ਵਿਚਾਰੇ ਨੂੰ। ਬਹੁਤ ਸੁਹਾਪਣ ਸੀ, ਬੜਾ ਸੋਹਣਾ ਬੱਚਾ, ਆਗਿਆਕਾਰੀ ਬੱਚਾ ਸੀ, ਅਤੇ ਬੜਾ ਦੁੱਖ ਹੋਇਆ, ਸਮੁੱਚੇ ਸਾਰੇ ਭਾਈਚਾਰੇ ਨੂੰ ਦੁੱਖ ਹੋਇਆ, ਸਾਡੀ ਹਮਦਰਦੀ ਪਰਿਵਾਰ ਦੇ ਨਾਲ। ਥੈਂਕ ਯੂ।